ਪੰਜਾਬ ਦੇ ਵਿੱਚ ਚੌਥਾ ਲੋਕਡਾਊਨ ਸ਼ੁਰੂ ਹੋਏ ਸਰਕਾਰ ਨੇ ਇਸ ਲੋਕਡਾਊਨ ਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਵੀ ਦਿੱਤੀਆਂ ਰਾਇਤਾਂ ਵੀ ਦਿੱਤੀਆਂ ਪਰ ਕੁਝ ਘਰ ਅਜਿਹੇ ਵੀ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਅਜੇ ਤੱਕ ਰਾਸ਼ਨ ਜਿਹੜਾ ਉਹ ਨਹੀਂ ਪਹੁੰਚਿਆ। ਅਸੀਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਸਲੰਮ ਏਰੀਏ ਦੇ ਵਿੱਚ ਪਹੁੰਚੇ ਹਾਂ। ਉੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੰਜਾਬ ਪੁਲਿਸ ਦੇ ASI ਰਾਜਮਸੀ ਨੇ ਜਿਹੜੇ ਕਿ ਜਦੋਂ ਦਾ ਕਰੋਨਾ ਵਾਇਰਸ ਚੱਲਦਾ ਪਿਆ ਲੋਕਡਾਊਨ ਜਾਰੀ ਹੈ ਉਦੋਂ ਤੋਂ ਹੀ ਲੋਕਾਂ ਦੇ ਘਰਾਂ ਦੇ ਵਿੱਚ ਰਾਸ਼ਨ ਜਿਹੜਾ ਪਹੁੰਚਾ ਰਹੇ ਨੇ। ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਆਖਿਰ ਉਹਨਾਂ ਨੂੰ ਕਿੱਥੋਂ ਇਹ ਪ੍ਰੇਰਣਾ ਮਿਲੀ ਅਤੇ ਕਦੋਂ ਤੋਂ ਇਹ ਰਾਸ਼ਨ ਜਿਹੜਾ ਉਹ ਲੋਕਾਂ ਦੇ ਘਰਾਂ ਦੇ ਵਿੱਚ ਦੇ ਰਹੇ ਨੇ ਅਤੇ ਹੁਣ ਤੱਕ ਕਿੰਨੇ ਲੋਕਾਂ ਨੂੰ ਉਹ ਰਾਸ਼ਨ ਦੇ ਚੁੱਕੇ ਨੇ। ਸਰ ਤੁਹਾਨੂੰ ਇਹ ਪ੍ਰੇਰਣਾ ਕਿੱਥੋਂ ਮਿਲੀ? ਸਰ ਜਦੋਂ ਕਰੋਨਾ ਵਾਇਰਸ ਨੌਂ ਤਿਆਰ ਹੋਇਆ ਤਾਂ ਉਦੋਂ ਮੈਂ ਵੇਖਿਆ ਜਦੋਂ ਅਸੀਂ ਘਰ ਘਰ ਜਾਂਦੇ ਸੀ ਲੋਕਾਂ ਨੂੰ ਕਰੋਨਾ ਬਾਰੇ ਦੱਸਣ ਜਾਂਦੇ ਸੀ ਕਿ ਕਰੋਨਾ ਵਾਇਰਸ ਬਹੁਤ ਵੱਡੀ ਮਹਾਂਮਾਰੀ ਆ, ਇਹ ਤੋਂ ਬਚ ਕੇ ਰਹੋ, ਅਤੇ ਉਦੋਂ ਮੈਂ ਵੇਖਿਆ ਬਹੁਤ ਸਾਰੇ ਲੋਕ ਅਜਿਹੇ ਲੋਕ ਸੀ ਜੋ ਕਰਫਿਊ ਦੌਰਾਨ ਜਿਨ੍ਹਾਂ ਨੂੰ ਰਾਸ਼ਨ ਮੁਹੱਈਆ ਨਹੀਂ ਸੀ ਹੋਇਆ, ਜਿਨ੍ਹਾਂ ਕੋਲ ਰਾਸ਼ਨ ਨਹੀਂ ਸੀ, ਤਾਂ ਮਿਹਨਤ ਕਾਜ ਕਰਦੇ ਸੀ ਤਾਂ ਉਹਨਾਂ ਦਾ ਕੰਮ ਠੱਪ ਹੋ ਗਿਆ। ਮੈਂ ਸੋਚਿਆ, ਆਪਣੇ ਮਨ ਨਾਲ ਸੋਚਿਆ ਕਿ ਕਿਉਂ ਨਾ ਮੈਨੂੰ ਤਨਖਾਹ ਮਿਲਦੀ ਆ, ਮੈਂ ਤਨਖਾਹ ਵਿੱਚੋਂ ਪੈਸੇ ਖਰਚ ਕਰਕੇ ਇਹਨਾਂ ਨੂੰ ਮੈਂ ਰਾਸ਼ਨ ਮੁਹੱਈਆ ਕਰਾਵਾਂ। ਅਤੇ ਮੈਂ ਕਰੀਬ 2.5 ਮਹੀਨੇ ਤੋਂ ਲੋੜਵੰਦ ਵਿਅਕਤੀ ਨੂੰ ਰਾਸ਼ਨ ਦਿੰਦਾ ਆ ਰਿਹਾ ਹਾਂ, ਅਤੇ ਹੁਣ ਮੈਂ ਅੱਜ ਤੱਕ ਮੈਂ 500 ਪਰਿਵਾਰ ਨੂੰ ਰਾਸ਼ਨ ਵੰਡ ਚੁੱਕਾ ਹਾਂ। ਜਿਹੜਾ ਮੈਂ ਰਾਸ਼ਨ ਦਿੰਦਾ ਹਾਂ ਇਹ ਕਰੀਬ 15 ਦਿਨ ਜਾਂ 20 ਦਿਨ ਤੱਕ ਚੱਲਦਾ ਜੀ। ਇੱਥੇ ਤੁਸੀਂ ਕਿੱਦਾਂ ਰਾਸ਼ਨ ਦੇਣ ਪਹੁੰਚੇ ਸੀਗੇ? ਸਰ ਇੱਥੇ ਇਸ ਮੁਹੱਲੇ ਦਾ ਬਹੁ ਰਾਮ ਆ, ਉਹਨੇ ਮੈਨੂੰ ਸਵੇਰੇ ਫੋਨ ਕੀਤਾ ਸੀ ਕਿ ਮੇਰੇ ਮੁਹੱਲੇ ਵਿੱਚ 4 ਇਹੋ ਜਿਹੇ ਘਰ ਨੇ ਜਿਨ੍ਹਾਂ ਦਾ ਕੋਈ ਵੀ ਇਹੋ ਜਿਹਾ ਕੰਮ ਨਹੀਂ, ਰਿਕਸ਼ਾ ਚਲਾਉਂਦੇ ਸੀ ਅਤੇ ਉਹਨਾਂ ਦਾ ਕੰਮ ਨਹੀਂ ਕੋਈ ਇਹੋ ਜਿਹਾ, ਅਤੇ ਉਹਨਾਂ ਨੂੰ ਇਸ ਵਕਤ ਬਹੁਤ ਹੀ ਜ਼ਿਆਦਾ ਲੋੜ ਹੈ ਰਾਸ਼ਨ ਦੀ, ਤੁਸੀਂ ਘਰ ਆ ਕੇ ਚੈੱਕ ਕਰੋ। ਮੈਂ ਸਵੇਰੇ ਇਸ ਮੁਹੱਲੇ ਵਿੱਚ ਆਇਆ, ਮੈਂ ਵੇਖਿਆ ਵੀ 14 ਘਰ ਇਹੋ ਜਿਹੇ ਹੀ ਲੋੜਵੰਦ ਵਿਅਕਤੀ ਸੀ ਜਿਨ੍ਹਾਂ ਨੂੰ ਰਾਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ, ਅਤੇ ਹੁਣ ਮੈਂ ਸ਼ਾਮ ਵੇਲੇ ਰਾਸ਼ਨ ਲੈ ਕੇ ਆ ਗਿਆ। ਜਿਹੜਾ ਇੱਕ ਪਰਿਵਾਰ ਨੂੰ ਤੁਸੀਂ ਰਾਸ਼ਨ ਦੇ ਰਹੇ ਹੋ, ਕਿੰਨੇ ਦਿਨਾਂ ਦਾ ਰਾਸ਼ਨ ਹੈ? ਇਹ ਸਾਰੇ ਰਾਸ਼ਨ ਕਰੀਬ 15 ਦਿਨ ਦਾ ਜੀ। 15 ਤੁਸੀਂ ਆਪਣੀ ਤਨਖਾਹ ਦੇ ਵਿੱਚੋਂ ਦੇ ਰਹੇ ਹੋ? ਮੈਂ ਆਪਣੀ ਤਨਖਾਹ ਵਿੱਚ ਦੇਣਾ, ਆਪਣੀ ਪੋਕਟ ਮਨੀ ਦੇ ਰਿਹਾ ਜੀ। ਸਾਡੇ ਨਾਲ ਇੱਥੇ ਮਹੱਲਾ ਨਿਵਾਸੀ ਵੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ ਕਿ ਆਖਿਰ ਉਹਨਾਂ ਨੇ ASI ਰਾਜਮਸੀ ਨੂੰ ਕਿਵੇਂ ਫੋਨ ਕੀਤਾ, ਕਿੱਥੋਂ ਉਹਨਾਂ ਨੂੰ ਪਤਾ ਲੱਗਾ। ਸਰ ਤੁਸੀਂ ਕਿੱਦਾਂ ਉਹਨਾਂ ਨੂੰ ਫੋਨ ਕੀਤਾ? ਭਾਜੀ ਐਕਚੁਲੀ ਨਾ ਸਾਡਾ ਇਹਨਾਂ ਨਾਲ ਪੁਰਾਣਾ ਸੰਬੰਧ ਹੈ, ਸਾਡੇ ਸੱਜਣ ਮਿੱਤਰ ਆ ਪੁਰਾਣੇ, ਬਹੁਤ ਸਾਡੇ ਖਾਸ ਯਾਰ ਆ, ਅਤੇ ਨਾ ਮੈਂ ਤਾਂ ਐਕਚੁਲੀ ਇਹਨਾਂ ਨਾਲ ਯੂਟਿਊਬ 'ਤੇ ਵਗੈਰਾ ਫੇਸਬੁੱਕ 'ਤੇ ਇਹਨਾਂ ਦੇ ਵੀਡੀਓ ਵੇਖਦਾ, ਅਤੇ ਮੈਂ ਵੈਸੇ ਮਜ਼ਾਕ ਨਾਲ ਫੋਨ ਕੀਤਾ। ਮੈਂ ਭਰਾ ਕੀ ਗੱਲ, ਮੇਰਾ ਵੱਡਾ ਵੀਰ ਵਾਂ ਅਤੇ ਵਾਰ ਵਾਰ ਰਾਸ਼ਨ ਵੰਡੇ, ਸਾਡੇ ਮੁਹੱਲੇ ਕੋਈ 4-5 ਲੋੜਵੰਦ ਇਨਸਾਨ ਆ, ਤਾਂ ਉਹਨਾਂ ਨੂੰ ਕੋਈ ਰਾਸ਼ਨ ਦੇ ਆ 4-5, ਚਲੋ ਇਹਨਾਂ ਮੈਂ 4-5 ਦੇ ਕਿਹਾ, ਚਲੋ 14-15 ਜਣਿਆਂ ਦਾ ਰਾਸ਼ਨ ਲੈ ਕੇ ਆ ਗਏ। ਮੈਂ ਤਾਂ ਉੱਥੇ ਐਸਾ ਸਿਰਫ ਮਜ਼ਾਕ ਹੀ ਕੀਤਾ, ਪਰ ਮੈਂ ਦੇਖਿਆ ਕਿ ਚਲੋ ਬੜੇ ਨੇਕ ਅਤੇ ਇਮਾਨਦਾਰ ਸਾਡੇ ਅਫਸਰ ਆ, ਬਹੁਤ ਵਧੀਆ ਬੰਦੇ ਆ, ਇਸ ਕਰਕੇ ਇਹਨਾਂ ਦਾ ਮੁਹੱਲੇ ਵਿੱਚ ਰਿਹਾ, ਜੇ ਕੋਈ 4-5 ਜਿਹਨਾਂ ਨੂੰ ਜ਼ਰੂਰਤ ਮਤਲਬ ਆਪਣੇ ਰਾਸ਼ਨ ਦੀ, ਇਹਨਾਂ ਦਿੱਤਾ, ਅਸੀਂ ਬਹੁਤ ਧੰਨਵਾਦ ਕਰਦੇ। ਇਹ ਮੁਹੱਲਾ ਨਿਵਾਸੀ ਜਿਹੜੇ ਲੋਕ ਲੋੜਵੰਦ ਨੇ, ਕੀ ਕੰਮ ਕਰਦੇ ਨੇ ਅਤੇ ਕਿੰਨੇ ਪਰਿਵਾਰਾਂ ਨੂੰ ਅੱਜ ਇਹਨਾਂ ਨੇ ਰਾਸ਼ਨ ਦਿੱਤਾ ਹੈ? ਭਾਅ ਜੀ ਇਹ ਵਿਚਾਰੇ ਇੱਕ ਝੋਪੜ ਮੰਡੀ ਆ, ਪ੍ਰਵਾਸੀ ਮਜ਼ਦੂਰੀ ਲਾ ਲੈਂਦੇ ਆਪਾਂ, ਕੋਈ ਰਾਜਸਥਾਨ ਤੋਂ ਆ ਅਤੇ ਕੋਈ ਮਤਲਬ ਮਰਾਸੀ ਯਾਤਰਾ ਸੰਬੰਧ ਰੱਖਦਾ ਵਾ, ਜਿਸ ਤਰ੍ਹਾਂ ਹੁਣ ਸਾਰਿਆਂ ਦੇ ਕਾਰੋਬਾਰ ਬੰਦ ਵਾ, ਅਤੇ ਇਸ ਟਾਈਮ ਮਤਲਬ ਰੋਟੀ ਦੇ ਵਿਚਾਰੇ ਤੰਗ ਰਹੇ, ਅਤੇ ਇਸ ਕਰਕੇ ਇਹਨਾਂ ਰਾਸ਼ਨ ਦਾ ਪ੍ਰਬੰਧ ਦੇ ਕਹੀ ਬਹੁਤ ਵਧੀਆ ਸਮਝਦੇ। ਕਿੰਨੇ ਘਰਾਂ ਨੂੰ ਰਾਸ਼ਨ ਜਿਹੜਾ ਦਿੱਤਾ ਗਿਆ? 14-15 ਘਰਾਂ ਨੇ ਸਾਨੂੰ ਦਿੱਤਾ ਗਿਆ। ਇਹ ਸਨ ਮੁਹੱਲਾ ਨਿਵਾਸੀ ਇਹ ਲੋਕ ਜਿਨ੍ਹਾਂ ਨੇ ਕਿਹਾ ਹੈ ਕਿ ਉਹਨਾਂ ਨੇ ASI ਰਾਜਕੁਮਾਰ ਨੂੰ ਸਵੇਰੇ ਜਿਹੜਾ ਉਹ ਫੋਨ ਕੀਤਾ ਸੀ ਕਿ ਸਾਡੇ ਮੁਹੱਲੇ ਦੇ ਵਿੱਚ ਕੋਈ 14-15 ਘਰ ਨੇ ਜਿਨ੍ਹਾਂ ਨੂੰ ਰਾਸ਼ਨ ਦੀ ਬੇਹੱਦ ਜ਼ਿਆਦਾ ਜ਼ਰੂਰਤ ਹੈ, ਅਤੇ ਉਸ ਤੋਂ ਬਾਅਦ ਰਾਜਮਸੀ ASI ਜੀ ਨੇ ਇਹਨਾਂ ਲੋਕਾਂ ਦੇ ਲਈ ਘੱਟੋ ਘੱਟ 14-14 ਦਿਨਾਂ ਦੇ ਵਾਸਤੇ ਇਹ ਰਾਸ਼ਨ ਜਿਹੜਾ ਪੈਕ ਕਰਕੇ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾਇਆ। ਇਹਨਾਂ ਜਿਹੜੇ ਕਰੋਨਾ ਵਾਇਰਸ ਦੇ ਜਿਹੜੇ ਫਰੰਟ ਦੇ ਉੱਤੇ ਲੜਾਈ ਲੜ ਰਹੇ ਨੇ, ਕਿਤੇ ਨਾ ਕਿਤੇ ਸਮਾਜ ਵੱਲੋਂ ਵੀ ਇਹਨਾਂ ਦਾ ਸਨਮਾਨ ਜਿਹੜਾ ਕਰਨਾ ਜ਼ਰੂਰੀ ਬਣਦਾ ਹੈ। ਗੁਰਦਾਸਪੁਰ ਤੋਂ ਨਿਊਜ਼ ਪੰਜਾਬ ਹਰਿਆਣਾ ਹਿਮਾਚਲ ਦੇ ਲਈ ਸਤਨਾਮ ਸਿੰਘ।